ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਪਰਦਾਇਕ ਕਾਰ ਸੇਵਾ ਸਿਰਾਣੀ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1000 ਜਿਹੜਾ ਯੂਨਿਟਾਂ ਖੂਨਦਾਨ ਕਰਾਉਣ ਦਾ ਸੰਗਤਾਂ ਤੋਂ ਉਪਰਾਲਾ ਜਿਹੜਾ ਉਹ ਕੀਤਾ ਗਿਆ, ਜਿਸ ਤਹਿਤ ਕੱਲ੍ਹ ਵੀ ਕੈਂਪ ਲੱਗਾ ਸੀ, ਅੱਜ ਵੀ ਕੈਂਪ ਲੱਗਾ, ਜਿਸ ਵਿੱਚ ਲਗਭਗ 200 ਜਿਹੜੇ ਪ੍ਰਾਣੀ ਉਹਨਾਂ ਨੇ ਖੂਨਦਾਨ ਕੀਤਾ। ਸੰਪਰਦਾਇ ਅਜਿਹੇ ਉਪਰਾਲੇ ਥਾਂ ਪਰ ਥਾਂ ਪਹਿਲਾਂ ਵੀ ਕਰਦੀ ਹੈ, ਅਗਾਂਹ ਵੀ ਇਸ ਤਰ੍ਹਾਂ ਕਰਦੀ ਰਹੇਗੀ, ਕਿਉਂਕਿ ਬਹੁਤ ਵੱਡਾ ਇੱਕ ਪਰਉਪਕਾਰ ਦਾ ਕੰਮ ਹੈ, ਜੋ ਕਿ ਬਹੁਤ ਵੱਡੀ ਇੱਕ ਸਮਾਜ ਦੀ ਸੇਵਾ ਹੈ। ਹਾਂਜੀ, ਬੀਬੀਆਂ ਨੇ ਵੀ ਕੱਲ੍ਹ ਖੂਨਦਾਨ ਕੀਤਾ ਸੀ, ਕਾਫੀ ਬੀਬੀਆਂ ਨੇ ਖੂਨਦਾਨ ਕੀਤਾ ਸੀ, ਅੱਜ ਵੀ ਕੀਤਾ ਸੰਗਤਾਂ ਨੇ ਖੂਨਦਾਨ। ਅੱਜ ਵੀ ਸੰਗਤਾਂ ਮਹਿਤੇ ਸਾਈਡ ਤੋਂ, ਸਠਿਆਲੇ ਸਾਈਡ ਤੋਂ, ਅੰਮ੍ਰਿਤਸਰ ਤੋਂ ਸਾਰੀ ਸੰਗਤਾਂ ਕਾਫੀ ਇੱਥੇ ਆਈਆਂ ਹੋਈਆਂ ਨੇ। ਬੰਦੀ ਛੋੜ ਦਿਵਸ ਨੂੰ ਜਿਹੜਾ ਇਹ ਕੈਂਪ ਜਿਹੜਾ ਆਯੋਜਨ ਕੀਤਾ ਗਿਆ, ਇਹ ਕੈਂਪ ਜਿਹੜਾ ਮਹਾਰਾਜ ਬਾਬਾ ਸੁੱਖਾ ਸਿੰਘ ਜੀ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਜਿਸ ਤਰ੍ਹਾਂ ਸਾਰਾ ਇਲਾਕਾ ਜਾਂਦਾ, ਸਾਰੀ ਆਪਣਾ ਪੰਜਾਬ ਜਾਂਦਾ, ਮਹਾਰਾਜ ਦੀ ਮਾਨਵਤਾ ਦੇ ਖੇਤਰ ਦੇ ਵਿੱਚ, ਮਾਨਵਤਾ ਦੇ ਕੰਮਾਂ ਦੇ ਵਿੱਚ ਹਰ ਖੇਤਰ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਆ। ਔਰ ਬਲੱਡ ਡੋਨੇਸ਼ਨ ਦੇ ਵਿੱਚ ਵੀ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੀ ਰਹਿਨਮਾਈ ਹੇਠ, ਇਹਨਾਂ ਦੀ ਛਤਰਛਾਹ ਹੇਠ ਕੈਂਪ ਲਾਉਂਦੇ ਆ ਰਹੇ। ਇਹ 1000 ਯੂਨਿਟ ਪਰ ਈਅਰ, ਪਰ ਸਾਲਾਨਾ ਜਿਹੜਾ ਉਹ ਡੋਨੇਟ ਕਰਾਉਂਦੇ ਆ ਆਪਣੇ ਸੇਵਾਦਾਰਾਂ ਤੋਂ, ਸੰਗਤ ਤੋਂ। ਔਰ ਮੈਂ ਸਮਝਦਾ ਵੀ ਇਹ 1000 ਯੂਨਿਟ ਆ ਜਿਹੜਾ ਉਹ ਸੈਂਕੜੇ ਜਾਨਾਂ ਬਚਾਉਣ ਦੇ ਵਿੱਚ ਜਿਹੜਾ ਸਹਾਈ ਹੁੰਦਾ। ਅਤੇ ਮਹਾਰਾਜ ਜੀ ਦਾ ਇਹ ਜਿਹੜਾ ਉਪਰਾਲਾ, ਅਸੀਂ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਕਮੇਟੀ ਵੱਲੋਂ ਹਮੇਸ਼ਾ ਇਹਨਾਂ ਤੋਂ ਗਾਈਡਲਾਈਨ ਲੈਂਦੇ ਹਾਂ, ਇਹਨਾਂ ਦੀ ਇਸ ਮਾਨਵਤਾ ਪ੍ਰਤੀ ਜਿਹੜੀ ਸੇਵਾ ਉਹਦੀ ਸਰਾਹਣਾ ਵੀ ਕਰਦੇ ਹਾਂ। ਉਹ ਪਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਦੇਵੇ, ਹੋਰ ਤਾਕਤ ਦੇਵੇ, ਅਤੇ ਇਹ ਮਾਨਵਤਾ ਦੇ ਇਸ ਖੇਤਰ ਵਿੱਚ ਹੋਰ ਵੀ ਵੱਧ ਘੱਟ ਕੇ ਯੋਗਦਾਨ ਪਾਉਂਦੇ ਰਹਿਣ। ਨਹੀਂ ਨਹੀਂ, ਇੱਕ ਵਾਰੀ ਨਹੀਂ, ਇਹ 3 ਜਾਂ 4 ਕੈਂਪ ਆਯੋਜਿਤ ਕੀਤੇ ਜਾਂਦੇ ਆ। ਜਿਸ ਤਰ੍ਹਾਂ ਹੁਣ ਅਗਲਾ ਕੈਂਪ ਫਿਰ 19 ਦਸੰਬਰ ਨੂੰ ਲੱਗਣਾ, ਫਿਰ ਮਹਾਰਾਜ ਜੀ 1-2 ਜਨਵਰੀ ਨੂੰ ਫਿਰ ਕੈਂਪ ਲਾਉਂਦੇ ਆ। ਇਸ ਕਰਕੇ ਇਹਦੇ 3-4 ਕੈਂਪ ਤਕਰੀਬਨ ਸਾਲ ਦੇ ਵਿੱਚ ਲੱਗ ਜਾਂਦੇ ਆ। ਇੱਕ ਕਾਲਜ ਦੇ ਵਿੱਚ ਵੀ ਲੱਗਦਾ, ਜਿਹਦੇ ਵਿੱਚ 1000 ਤੋਂ ਬਾਅਦ ਵੀ ਚਲੇ ਜਾਂਦਾ, 1000 ਤੋਂ ਉੱਪਰ ਯੂਨਿਟ ਹੋ ਜਾਂਦਾ ਹਰ ਸਾਲ।